ਅਸੀਂ ਯਾਰ ਸਨ ਮੈਨੂੰ ਭੂੜ ਹਾਂ ਭੂੜ ਉੱਥੇ ਇਹਨਾਂ ਦਾ ਬਹੁਤ ਵੱਡਾ ਕਾਫਲਾ ਸੀ ਅਤੇ ਉਹ ਜਲਾਲਦੀਨ ਭੂੜ ਦਾ ਨਾਂ ਅਤੇ ਉਹ ਜਦੋਂ ਨਾ ਇੰਨਾ ਉਹ ਬਹੁਤ ਕਾਫਲਾ ਵੱਡਾ ਸੀ ਅਤੇ ਉਹ ਮੈਂ ਜਿਸ ਤੱਕ ਨਿਗਾਹ ਮਾਰੀ ਆ ਨਾ ਦੋ ਦੋ ਮਰਬਿਆਂ ਦੇ ਕੁੱਤੇ ਗਿਰਜਾਂ ਇਲਾਂ ਸਭ ਖਾਈ ਜਾਂਦੇ ਸੀ ਇੱਕ ਭੂੜਾ ਦਾ ਹਾਂ ਇੱਥੇ ਇੱਕ ਭੂੜਾ ਦਾ ਘਰ ਰਸਤਾ ਨਹੀਂ ਇਹ ਬਚ ਗਿਆ ਵਿਚਾਰਾ ਉਹ ਕਿੱਥੇ ਜੇ ਵੱਡੇ ਬੰਦੇ ਯਾਰੋ ਵਾਲੇਕੁਮ ਸਤਿ ਸ਼੍ਰੀ ਅਕਾਲ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਾਂਝ ਨੂੰ ਲੈ ਕੇ ਵੀਰੂ ਮੈਂ ਹਾਂ ਤੁਹਾਡਾ ਮਿੱਤਰ ਯਾਸਰ ਅਬਦਾਲ ਡੋਗਰ ਅਸੀਂ ਅੱਜ ਪਹੁੰਚੇ ਹਾਂ ਜੀ ਚੱਕ ਨੰਬਰ 295 EB ਤਹਿਸੀਲ ਬੁਰੇਵਾਲਾ ਜ਼ਿਲ੍ਹਾ ਵਿਹਾੜੀ 1947 ਦੇ ਜੋ ਉਜਾੜੇ ਸੀ ਉਹਨਾਂ ਨੂੰ ਲੈ ਕੇ ਅਸੀਂ ਅੱਜ ਬਾਬਾ ਜੀ ਹੋਰਾਂ ਕੋਲ ਪਹੁੰਚੇ ਹਾਂ ਇਹਨਾਂ ਦਾ ਨਾਮ ਬਾਬਾ ਰੋਸ਼ਨ ਔਰ ਇਹਨਾਂ ਤੋਂ ਅਸੀਂ 1947 ਵੇਲੇ ਦੀਆਂ ਜੋ ਗੱਲਾਂ ਨੇ ਜੋ ਸਾਂਝੇ ਹਾਂ ਸਾਡੇ ਪਿਆਰ ਮੁਹੱਬਤ ਸੀ ਉਹ ਸਾਰੀਆਂ ਅਸੀਂ ਕਰਾਂਗੇ ਔਰ ਉਹਨਾਂ ਦਾ ਪਿਛੋਕੜ ਵਾਲਾ ਪਿੰਡ ਕਿਹੜਾ ਸੀ ਅਸੀਂ ਸਾਰੀਆਂ ਗੱਲਾਂ ਕਰਦੇ ਹਾਂ ਆਓ ਵੀਰੋ ਬਾਬਾ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਵਾਲੇਕੁਮ ਸਲਾਮ ਉੱਚੀ ਬੋਲੇ ਬਾਬਾ ਜੀ ਅੱਛਾ ਕੀ ਨਾਂ ਤੁਹਾਡਾ ਰੋਸ਼ਨਦੀਨ ਰੋਸ਼ਨਦੀਨ ਬਾਬਾ ਜਿਹੜੀ 1947 ਵੇਲੇ ਉਜਾੜੇ ਪਏ ਨੇ ਉਦੋਂ ਤੁਹਾਡੀ ਉਮਰ ਕਿੰਨੀ ਸੀ ਉਦੋਂ ਦੱਸੀ ਨਾ 11 ਸਾਲ ਦੀ 11 ਸਾਲ ਦੀ ਅਤੇ ਤੁਹਾਡਾ ਪਿੰਡ ਕਿਹੜਾ ਸੀ ਉੱਧਰ ਪਿੰਡ ਜਿੱਥੇ ਰਹਿੰਦੇ ਸੀ ਉਹ ਤਾਂ ਪੂਲੀ ਸੀ ਹਾਂ ਪੂਲੀ ਸਹੀ ਸਹੀ ਜਿਹੜਾ ਪਿੰਡ ਪੂਲੀ ਸੀ ਇਹਦੇ ਲਾਗੇ ਲਾਗੇ ਪਿੰਡ ਕਿਹੜੇ ਸੀ ਇਹਦੇ ਲਾਗੇ ਲਾਗੇ ਨਸਾਣਾ ਨਸਾਣਾ ਸੇਮਾ ਢੇਲਵਾਂ ਗੰਗਾ ਲਹਿਰਾ ਪੰਜੇ ਲਹਿਰੇ ਪੰਜ ਕਲਿਆਣਾ ਕੋਲੇ ਵਜੋਂ ਆਉਣਾ ਗੱਲ ਜੀ ਬਣੀ ਸੀ ਅੱਛਾ ਕਿਵੇਂ ਕਿਵੇਂ ਪੰਜੇ ਲਹਿਰੇ ਪੰਜ ਕਲਿਆਣਾ ਕੋਲੇ ਵਜੋਂ ਆਉਣਾ ਅੱਛਾ ਅਤੇ ਹੋਰ ਕਿਹੜੇ ਪਿੰਡ ਸੀ ਤੁਹਾਡੇ ਲਾਗੇ ਉੱਥੇ ਤੁਸੀਂ ਦੱਸਿਆ ਵੀ ਸੇਮਾ ਢੇਲਵਾਂ ਨਥਾਣਾ ਹੋਰ ਨਥਾਣਾ ਅਤੇ ਸੇਮਾ ਢੇਲਵਾਂ ਇੱਕ ਭੋਖੜੀ ਦਾ ਗੰਗਾ ਨਹਿਰਾ ਲਹਿਰਾ ਅੱਛਾ ਤਵਾ ਤਪਾ ਹਾਂ ਇੱਕ ਭੋਖੜੀ ਭੋਖੜੀ ਸਹੀ ਸਹੀ ਬਾਬਾ ਜੀ ਤੁਹਾਡਾ ਜ਼ਿਲ੍ਹਾ ਕਿਹੜਾ ਸੀ ਫਿਰੋਜ਼ਪੁਰ ਫਿਰੋਜ਼ਪੁਰ ਅਤੇ ਤੁਹਾਨੂੰ ਠਾਣਾ ਕਿਹੜਾ ਲੱਗਦਾ ਸੀ ਉੱਥੇ ਠਾਣਾ ਨਥਾਣਾ ਨਥਾਣਾ ਸੀ ਅੱਛਾ ਅੱਛਾ ਬਾਬਾ ਜੀ ਇਹ ਜਿਹੜਾ ਪਿੰਡ ਸੀ ਪੋਲੀ 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 ਇਹਦੇ ਵਿੱਚ ਸਕੂਲ ਹੈਗਾ ਸੀ ਹੈਗਾ ਸੀ ਉਸ ਵੇਲੇ ਕਿੰਨਵੀਂ ਦਾ ਸਕੂਲ ਸੀ ਇਹ ਨਹੀਂ ਪਤਾ ਪੜ੍ਹਨ ਜਾਂਦੇ ਰਹੇ ਨਹੀਂ ਮੈਂ ਨਹੀਂ ਪੜ੍ਹਿਆ ਅਤੇ ਮਸੀਤ ਮਸੀਤ ਹੈਗੀ ਸੀ ਕਿ ਉਹ ਕਿੱਥੇ ਸੀ ਅਸੀਂ ਮਸਜਿਦ ਉਹ ਮਸਜਿਦ ਸਾਡੇ ਘਰ ਤੋਂ ਚੂੜਿਆਂ ਦਾ ਅਖਬਾਰ ਸੀ ਚੂੜਿਆਂ ਦੇ ਬਾਸ ਪਰੇ ਸੀ ਉੱਥੇ ਪਰੇ ਭੱਠਾ ਪਾਇਆ ਸੀ ਉਹ ਪਤਾ ਨਹੀਂ ਸਿੱਖਾਂ ਨੇ ਕਾਹਦੇ ਵਾਸਤੇ ਪਾਇਆ ਸੀ ਗੁਰਦੁਆਰਾ ਬਣਾਇਆ ਸੀ ਉਹਦੇ ਨੇ ਅੱਛਾ ਅੱਛਾ ਉੱਥੇ ਮਸਜਿਦ ਸੀ ਹਾਂ ਕਿਹੜੇ ਪਾਸੇ ਚੜ੍ਹਦੇ ਪਾਸੇ ਲਹਿੰਦੇ ਪਾਸੇ ਪਿੰਡ ਦੇ ਸਾਡੇ ਪਿੰਡ ਤੋਂ ਉਹ ਗੁਰਦੁਆਰਾ ਉਹਨਾਂ ਦਾ ਚੜ੍ਹਦੇ ਸੀ ਚੜ੍ਹਦੇ ਸੀ ਕਿਹੜੇ ਪਿੰਡ ਵਾਲੇ ਪਾਸੇ ਨੂੰ ਸੀ ਉਹ ਸੇਮੇਨੀ ਸੇਮੇਨੀ ਅਤੇ ਜਿਹੜੀ ਮਸਜਿਦ ਸੀ ਉਹ ਚੌਂਕ 'ਚ ਸੀ ਨਹੀਂ ਉਹ ਪਹਿਲਾਂ ਸਾਡੀ ਮਸਜਿਦ ਆਉਂਦੀ ਫਿਰ ਸਿੱਖਾਂ ਦਾ ਗੁਰਦੁਆਰਾ ਪਰਾਂ ਸੀ ਅੱਛਾ ਉਸੇ ਸਾਈਡ 'ਤੇ ਸੀ ਹਾਂ ਅਤੇ ਬਾਬਾ ਜੀ ਜਿਵੇਂ ਪੱਤੀਆਂ ਦੇ ਨਾਂ ਹੁੰਦੇ ਪਿੰਡਾਂ 'ਚ ਤੁਹਾਡੇ ਪਿੰਡ 'ਚ ਵੀ ਪੱਤੀਆਂ ਦੇ ਨਾਂ ਆਇਆ ਸੀ ਕੋਈ ਪੱਤੀਆਂ ਦੇ ਨਾਂ ਘੁਮਿਆਰਾਂ ਦੀ ਪੱਤੀ ਹੈ ਚੂੜਿਆਂ ਦੀ ਪੱਤੀ ਹੈ ਚਮੈਰਾਂ ਦੀ ਪੱਤੀ ਹੈ ਇੱਦਾਂ ਸੀ ਇੱਦਾਂ ਦੇ ਨਾਂ ਸੀ ਅਤੇ ਬਾਬਾ ਜੀ ਤੁਹਾਡੇ ਰਿਸ਼ਤੇਦਾਰ ਕਿਹੜੇ ਕਿਹੜੇ ਪਿੰਡਾਂ ਸੀ ਉੱਥੇ ਸਾਡੇ ਰਿਸ਼ਤੇਦਾਰ ਤਾਂ ਅਸਲ ਤਾਂ ਭਰਾ ਨਹੀਂ ਰਿਸ਼ਤੇਦਾਰੀ ਮੇਰੀ ਸੀ ਭਰਾ ਦਾ ਉਹ ਫੋਤ ਹੋ ਗਿਆ ਸੀ ਬਾਬਾ ਚਿਰ ਹੋ ਗਿਆ ਨਾਨਕੇ ਤੁਹਾਡੇ ਕਿਹੜੇ ਪਿੰਡ ਦੇ ਨਾਨਕੇ ਸਾਡੇ ਸੀ
ਜਲੂਰ ਦੇ। ਜਲੂਰ ਦੇ ਅਤੇ ਹੋਰ ਕੋਈ ਰਿਸ਼ਤੇਦਾਰੀਆਂ ਤੁਹਾਡੀਆਂ ਕਿਹੜੇ ਪਿੰਡਾਂ 'ਚ ਸੀ? ਉੱਥੇ ਤੁਹਾਡੀ ਮਾਮੇ ਫੁੱਫੀਆਂ ਕਿਹੜੇ ਪਿੰਡ 'ਚ ਰਹਿੰਦੇ? ਫੁੱਫੀ ਮੇਰੀ ਸੀਗੀ ਠੀਕਰੀ ਵਾਲੇ। ਠੀਕਰੀ ਵਾਲੇ 'ਚ। ਬਾਬਾ ਜੀ ਤੁਸੀਂ ਉੱਥੇ ਤੁਹਾਨੂੰ ਕੋਈ ਸਿੱਖਾਂ ਦੇ ਨਾਂ ਚੇਤੇ ਉੱਥੇ? ਪੂਰੀਆ ਹਾਂ, ਅਤੇ ਨੰਜਣ ਹਾਂ, ਅਤੇ ਗੁਰਦਿਆਲ ਅਤੇ ਰਾਇਸ਼ ਉਹਦਾ ਨਾਂ ਸੀ ਕੁੱਦੂ। ਕੌਣ? ਰਾਇਸ਼ ਉਹਦਾ ਨਾਂ ਸੀ ਕੁੱਦੂ। ਮੁਸਲਮਾਨ ਸੀ? ਹਾਂ ਮੁਸਲਮਾਨ। ਅੱਛਾ, ਨਹੀਂ ਸਿੱਖਾਂ 'ਚੋਂ ਜੈਲਦਾਰ ਦਾ ਨਾਂ ਕੀ ਸੀ? ਜੈਲਦਾਰ ਦੇ ਪੁੱਤ ਦਾ ਨਾਂ ਸੀ ਨੰਜਣ। ਨੰਜਣ। ਇੱਕ ਹੋਰ ਨਾਂ ਲਏ ਸੀ ਤੁਸੀਂ ਪਹਿਲੇ? ਪੂਰੀਆ। ਹਾਂ, ਜੈਲੀ। ਅੱਛਾ, ਇਹਨਾਂ ਦੇ ਘਰ ਕਿੱਥੇ ਹੀ ਸੀ? ਇਹਨਾਂ ਦਾ ਘਰ ਵੀ ਇਸ ਰੁਕ 'ਤੇ ਸੀ। ਕਿਹੜੇ ਵਾਰਡ 'ਚ? ਕਿਹੜੇ ਬਦਲ 'ਚ? ਉਹ ਗਵਾੜ ਬਸਦਾ ਸੀ ਆਤਮੇ ਸਿਉਂਲਾ। ਆਤਮੇ ਸਿਉਂਲਾ ਗਵਾੜ। ਅੱਛਾ ਅੱਛਾ। ਬਾਬਾ ਜੀ ਇਹ ਜਿਹੜੇ ਖੂਹ ਹੁੰਦੇ ਨੇ, ਕੋਈ ਖੂਹਾਂ ਦੇ ਨਾਂ ਵੀ ਚੇਤੇ? ਤੁਹਾਡੇ ਪਿੰਡ 'ਚ ਖੂਹ ਹੈ ਸੀ? ਖੂਹ ਤਾਂ ਸਾਡੇ ਪਿੰਡ 'ਚ ਇੱਕੋ ਹੀ ਸੀ। ਉਹ ਕਿੱਥੇ ਹੀ ਸੀ? ਵਿਚਾਲੇ ਪਿੰਡ 'ਤੇ ਸੀ। ਸਾਰਾ ਪਿੰਡ ਉੱਥੋਂ ਹੀ ਪਾਣੀ ਭਰਦਾ ਸੀ? ਉੱਥੋਂ ਸਿੱਖਾਂ ਦੀ ਲਹਿਦਾ, ਹਾਂ, ਚੂੜੀਆਂ ਚਮੈਰਿਆਂ ਦੀ ਲਹਿਦਾ, ਮੁਸਲਮਾਨਾਂ ਦੀ ਲਹਿਦਾ, ਉੱਥੋਂ ਨਾਲਾਂ ਜਾਂਦੀਆਂ ਸੀ। ਉਹਨਾਂ ਦੇ ਘਰ ਨੂੰ ਜਾਂਦਾ ਸੀ, ਉਹ ਉਹਨਾਂ ਦੇ ਘਰ ਨੂੰ ਜਾਂਦਾ ਸੀ, ਸਾਰਿਆਂ ਨੂੰ ਇੱਦਾਂ ਵੰਡ ਵੰਡ ਜਾਂਦਾ ਸੀ। ਅੱਛਾ ਅੱਛਾ। ਖੂਹ ਇੱਕੋ ਹੀ ਸੀ? ਖੂਹ ਇੱਕੋ ਹੀ ਸੀ। ਅੱਛਾ ਅੱਛਾ। ਖੂਹ ਇੱਧਰ ਮਸੀਤ ਕੋਲ ਸੀ, ਖੂਹ ਮਸਜਿਦ ਕੋਲ। ਮਸੀਤ ਕੋਲ ਵੀ ਹੈਗੀ ਸੀ? ਪਹਿਲਾਂ ਕੱਚੀ ਸੀ, ਫਿਰ ਉਹਨੂੰ ਸ਼ਹੀਦ ਕਰਕੇ ਫਿਰ ਪੱਕੀ ਬਣਾਈ। ਇਹ ਵੰਡ ਤੋਂ ਪਹਿਲਾਂ ਬਾਬਾ ਜੀ ਮੁਸਲਮਾਨਾਂ ਦਾ ਅਤੇ ਸਿੱਖਾਂ ਦਾ ਆਪਸ ਮੇ ਰਹਿਣ ਸਹਿਣ ਕਿਵੇਂ ਦਾ ਸੀ? ਇੱਕੋ ਜਿਹਾ ਸੀ, ਕੋਈ ਫਰਕ ਨਹੀਂ ਕਰਦੇ ਸੀ? ਕੋਈ ਫਰਕ ਨਹੀਂ। ਆਉਣਾ ਜਾਣਾ ਵਿਆਹਾਂ ਸ਼ਾਦੀਆਂ 'ਤੇ? ਹਾਂ, ਜਾਂਦੇ ਸੀ। ਅੱਛਾ, ਨਿਉਂਦੇ ਭਾਜੀ ਹੈ? ਹਾਂ, ਜਿਵੇਂ ਇਸ ਤਰ੍ਹਾਂ ਹੁਣ ਇੱਥੇ ਉਸੇ ਤਰ੍ਹਾਂ ਹੀ ਸੀ। ਬਾਬਾ ਜੀ ਅੱਛਾ, ਜਦੋਂ ਵੰਡ ਹੋਈ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਸਾਨੂੰ ਹੁਣ ਇੱਥੋਂ ਜਾਣਾ ਪੈਣਾ? ਸਾਨੂੰ ਜਿਹੜੇ ਅਸੀਂ ਨਾ ਵੋਟ, ਹਾਂ, ਇਹਨਾਂ ਨੇ 6 ਮਹੀਨੇ ਪਹਿਲਾਂ ਦੱਸਤਾ ਸੀ। ਇਹ ਫਿਰਦੇ ਰਹਿੰਦੇ ਹਰ ਪਿੰਡ 'ਚ, ਹਰ ਮੁਲਕ 'ਚ, ਅਤੇ ਅੱਗੇ ਤੁਸੀਂ ਐਂ ਕਰੋ, ਦਾਦਾ ਮੇਰਾ ਨਹੀਂ ਪਹਿਲਾਂ ਤਾਂ ਮੰਨਿਆ, ਉਹ ਸ਼ਹਿਰਾਂ 'ਚ ਰੌਲਾ ਗੋਲਾ ਪਊ, ਪਿੰਡਾਂ 'ਚ ਕਿਹਨੇ ਪੁੱਛਣਾ? ਉਹ ਕਹਿੰਦਾ ਉਹ ਪੱਗ ਬੁੱਟੀ ਸਲੇਮਾਨ ਓੜਨਾ ਮੇਰੇ ਚਾਚੇ ਦੀ, ਬਰਕਤ ਦੀ, ਉਹਨੇ ਤੁਸੀਂ ਅੱਗੇ ਪਛਤਾਓਗੇ ਇਸ ਵੇਲੇ ਨੂੰ। ਮੈਂ ਦੇਖ ਕੇ ਆਇਆ ਪਾਕਿਸਤਾਨ 'ਚ, ਅਤੇ ਉੱਥੇ ਮੇਰੇ ਨਾਲ ਚਲੋ ਅੱਗੇ, ਨਾ ਜੀ ਅਸੀਂ ਨਹੀਂ ਜਾਣਾ, ਤੁਸੀਂ ਚੰਗੇ ਰਹਿ ਜਾਓਗੇ, ਭੇਡਾਂ ਬੱਕਰੀਆਂ ਗਾਈਆਂ ਨਾਲ ਲੈ ਚਲੋ, 2 ਬੰਦੇ ਲੈ ਚਲੋ, ਅਸੀਂ ਚਾਰਦੇ ਫਿਰਾਂਗੇ, ਅਤੇ ਤੁਸੀਂ ਅੱਜ ਦੀ ਗੱਲ ਯਾਦ ਰੱਖਿਓ, ਪਛਤਾਓਗੇ। ਅਤੇ ਫਿਰ ਪਛਤਾਏ। ਅੱਛਾ, ਉਹਨਾਂ ਨੇ ਮਾਰੇ ਫਿਰ, ਜਿਵੇਂ 97 ਵਾਲੇ ਇੱਥੇ ਮਾਰ ਜਾਣ, ਇੱਥੋਂ 97 ਮੈਂ ਕਿਉਂ ਮੂੰਹ ਉੱਥੇ ਲੱਗਦੇ ਆ, ਸ਼ਰਮ ਆਉਂਦੀ। ਪਿੰਡਾਂ ਦਾ ਤਾਂ ਨਹੀਂ ਕੁਛ ਕਿਹਾ ਤੁਸੀਂ? ਕਿੰਨਾ ਕੁ ਟਾਈਮ ਸੀ ਜਦੋਂ ਤੁਸੀਂ ਘਰਾਂ 'ਚੋਂ ਨਿਕਲੇ? ਘਰਾਂ 'ਚੋਂ ਟਾਈਮ ਦਾ ਤਾਂ ਪਿੰਡ ਵਾਲਿਆਂ ਨੇ ਰੋਕਿਆ ਨਹੀਂ ਤੁਹਾਨੂੰ ਵੀ ਨਾ ਜਾਓ ਰਹੋ? ਨਹੀਂ, ਵਾਂਢੀ ਹੋ ਗਈ, ਪਿੰਡ ਵਾਲਿਆਂ ਨੇ ਰੋਕਣਾ ਸੀ। ਅੱਛਾ, ਉਹ ਤਾਂ ਕਹਿੰਦੇ ਸੀ ਜਾਣ ਦਵਾਵਾਂ। ਫਿਰ ਕਿਵੇਂ ਤੁਸੀਂ ਪਿੰਡ 'ਚੋਂ ਨਿਕਲੇ, ਕਿੱਧਰ ਕਿੱਧਰ ਦੀ ਇੱਥੇ ਆਏ? ਇੱਧਰ ਪਿੰਡਾਂ ਤੋਂ ਬਠਿੰਡਾ ਸੀ 10 ਮੀਲ, ਯੰਗ ਸ਼ਾਨ ਓਡਾ ਵੱਡਾ ਨਾ ਹਿੰਦੁਸਤਾਨ ਨਾ ਪਾਕਿਸਤਾਨ 'ਚ ਹੈ ਹੀ ਨਹੀਂ। ਤੁਸੀਂ ਪਿੰਡੋਂ ਨਿਕਲ ਕੇ ਬਠਿੰਡੇ ਗਏ? ਨਹੀਂ, ਅਸੀਂ ਪਿੰਡ ਨਿਕਲੇ ਨਹੀਂ ਗਏ, ਬਠਿੰਡੇ ਤਾਂ ਮੇਰੀ ਮਾਈ ਗਈ ਸੀ, ਅਤੇ ਮੇਰਾ ਭਰਾ ਸੀ ਗੁਲਾਮ ਰਸੂਲ ਛੋਟਾ ਆ ਗਿਆ 2 ਕੁ ਮਹੀਨਿਆਂ ਦਾ। ਅੱਛਾ ਅੱਛਾ। ਅਸੀਂ ਤਾਂ ਉੱਥੋਂ ਨਿਕਲ ਗਏ, ਅਤੇ ਗਏ ਉਹਨਾਂ ਨੇ ਕਾਫਲਾ ਨਹਿਰ ਦੇ ਨਾਲ ਸੀ, ਇਸ ਪਾਸੇ ਨਥਾਣੇ ਪਿੰਡ ਦੇ ਨਾਲ, ਉੱਥੋਂ ਉਹਨਾਂ ਨੇ ਉਦੋਂ ਦੇਣੇ, ਉਹਨਾਂ ਨੂੰ ਅੱਖਾਂ 'ਚ ਪਾਣੀ ਆ ਜਾਂਦਾ ਵੀ ਜਦੋਂ ਉਹ ਦੱਸੀਏ ਵਗਦ, ਦੱਸੋ ਉਹਨਾਂ ਨੇ ਇੰਨਾ ਕੁ ਦਲੀਆ ਦੇਣਾ ਸ਼ਾਮ ਨੂੰ, ਅਤੇ ਸਵੇਰੇ ਇੰਨੇ ਕੁ ਚਣਿਆਂ ਦੇ ਦਾਣੇ ਦੇਣੇ। ਕਿੱਥੇ? ਉੱਥੇ ਕਾਫਲਾ ਲਿਆ ਸੀ ਨਹਿਰ ਦੇ ਨਾਲ ਹੀ ਕੈਂਪ 'ਚ। ਫਿਰ ਮੈਂ ਉਹ ਜਵਾਕ ਰੋਣ ਭੁੱਖੇ,
ਤੇ ਮੈਂ ਫਿਰ ਜਿਹੜੇ ਗੁਆਂਢੀ ਸੀ ਨਾ ਸਾਡੇ ਉਹਨਾਂ ਦੇ ਜਾ ਕੇ ਕੋਲ ਬਹਿ ਜਾਣਾ, ਉਹਨਾਂ ਨੇ ਫਿਰ ਮੈਨੂੰ ਪੁੱਛਣਾ ਹੀ ਨਹੀਂ। ਉਹਨਾਂ ਨੇ ਫਿਰ ਗੁੜ ਮਿਰਚਾਂ ਲੂਣ ਆਟਾ ਚੌਲ ਦਲੀਆ ਉਹਨਾਂ ਨੇ ਫਿਰ ਉਹ ਦੇਣਾ। ਅਸੀਂ ਉੱਥੇ ਕੈਂਪ 'ਚੋਂ ਖਾਣਾ ਉੱਥੇ ਉਹ ਕੈਂਪ 'ਚ ਫਿਰ ਉੱਥੇ ਚੱਕਿਆ ਅਤੇ ਉਹ ਲੈ ਗਏ ਪੁੱਛੋ ਮੁੰਡੀ ਕੰਨ ਸੋਣਾ। ਕੈਂਪ ਕਿੱਥੇ ਲੱਗਿਆ ਤੁਹਾਡਾ? ਕੈਂਪ ਤਾਂ ਕੋਲੇ ਲੱਗਿਆ ਸੀ ਪਿੰਡ ਦੇ ਥੋੜ੍ਹਾ ਜਿਹਾ। ਫਿਰ ਪੁੱਛੋਗੇ? ਹਾਂ ਫਿਰ ਪੁੱਛੋਗੇ। ਅੱਛਾ, ਉਹ ਜਵਾਬ ਭੁੱਖ ਨਾ ਰੋਣ। ਉੱਥੋਂ ਮੈਂ ਉਦੋਂ 20 ਸ਼ੇਰ ਭਾਰ ਚੁੱਕ ਕੇ ਲਿਜਾਣਾ, ਜਵਾਕ ਨਾ ਨਾ ਚਲੇ ਜਾਣ ਰੋਂਦੇ ਭੁੱਖ ਨਾਲ। ਉਹ ਫਿਰ ਰਾਹ 'ਚ ਕੋਈ ਆਉਣਾ ਤਾਂ ਉਹਨੂੰ ਆਖਣਾ ਸਾਹ ਲੈ ਲੈਣਾ, ਦੋ ਵਾਰੀ ਸਾਹ ਲੈ ਕੇ ਮੈਂ ਉਹ 20 ਸ਼ੇਰ ਭਾਰ ਲਿਆਉਣਾ ਮਸਾਂ ਚੱਕ ਕੇ। ਅਤੇ ਵੱਢ ਟੁੱਕ ਤੁਸੀਂ ਜਿਹੜੇ ਮੁਸਲਮਾਨ ਦੇਖੇ ਇਹ ਕਿਹੜੀ ਜਗ੍ਹਾ 'ਤੇ ਵੇਖੇ? ਵੱਢ ਟੁੱਕ ਤਾਂ ਜ਼ਿਆਦਾ ਤਾਂ ਇੱਥੇ ਦੇਖੇ ਸੀ, ਪੁੱਛੋ ਮੰਡੀ ਕਾਂਸੇ ਵਾਲਾ ਅਤੇ ਨਥਾਣਾ ਪੂਲਾ, ਪੂਲੀ ਸਾਡਾ ਪਿੰਡ ਸੀ, ਅਤੇ ਇੱਧਰ ਫੂਲ ਮਹਾਰਾਜ। ਅਸੀਂ ਯਾਰ 97 ਭੂੜ ਭੂੜ ਉੱਥੇ ਨਾ ਬਹੁਤ ਵੱਡਾ ਕਾਫਲਾ ਸੀ ਅਤੇ ਉਹ ਜਲਾਲਦੀਨ ਭੂੜ ਦਾ ਨਾਂ। ਅਤੇ ਉਹ ਜਦੋਂ ਨਾ ਇੰਨਾ ਉਹ ਬਹੁਤ ਕਾਫਲਾ ਵੱਡਾ ਸੀ ਅਤੇ ਉਹ ਮੈਂ ਜਿੱਥੋਂ ਤੱਕ ਨਿਗਾਹ ਮਾਰੀ ਹੈ ਨਾ, ਦੋ ਦੋ ਮਰਬਿਆਂ ਦਾ ਕੁੱਤੇ ਗਿਰਜਾਂ ਇਲਾਂ ਸਭ ਖਾਈ ਜਾਂਦੇ ਸੀ ਇੱਕ ਭੂੜਾ ਦਾ। ਹਾਂ ਇੱਥੇ ਇੱਕ ਭੂੜਾ ਦਾ ਘਰ ਆਸਾਨ ਵਿੱਚ ਇਹ ਬਚ ਗਿਆ ਵਿਚਾਰਾ। ਉਹ ਕਿੱਥੇ ਜੇ ਵੱਡੇ ਬੰਦੇ ਉਹ ਯਾਰੋ